ਕਹਿੰਦੇ ਦਰਿਆਵ ਸਿਆ ਤੂੰ ਵੀ ਅਨਪੜ੍ਹ ਹੀ ਤੂੰ ਕਿਵੇਂ ਨਿਤਨੇਮ ਕਰਦਾ ਹੈ। ਕਹਿੰਦਾ ਜੀ ਤੁਹਾਡੇ ਹੁਕਮ ਨਾਲ 2:30 ਵਜੇ ਉੱਠ ਕੇ ਇਸ਼ਨਾਨ ਕਰਕੇ 3 ਵਜੇ ਬਹਿ ਜਾਈਦਾ ਤੇ ਕਹਿ ਦੇਈਦਾ ਬਾਬਾ ਜੀ ਤੁਹਾਡੇ ਲੇਖੇ ਇਹ ਸਮਾਂ ਤੁਹਾਡੇ ਲੇਖੇ ਆ 2:30 ਘੰਟੇ ਜਿਵੇਂ ਮਰਜ਼ੀ ਨਾਮ ਜਪਾ ਲਓ ਵਾਹਿਗੁਰੂ ਕਰੀ ਜਾਈਦਾ। ਬਾਬਾ ਜੀ ਕਹਿਣ ਲੱਗੇ ਬੜੇ ਖੁਸ਼ ਹੋਏ ਕਹਿੰਦੇ ਵੀ ਇਹ ਸਭ ਤੋਂ ਵਧੀਆ ਨਿਤਨੇਮ ਇਹ ਸਭ ਤੋਂ ਵਧੀਆ ਨਿਤਨੇਮ ਹੈ ਗੁਰੂ ਦੇ ਆਪਣੇ ਆਪ ਸੌਂਪ ਦੇਣਾ ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ। ਗੁਰੂ ਸਾਹਿਬ ਕਹਿੰਦੇ ਨੇ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਭਰੀ ਕਾਰ ਜਿਹੜੀ ਮੇਰੇ ਮਾਲਕਾ ਤੈਨੂੰ ਪਾਉਂਦੀ ਉਹ ਕਾਰ ਭਰੀ ਹੈ ਤੂੰ ਸਦਾ ਸਲਾਮਤ ਨਿਰੰਕਾਰ ਅਸੀਂ ਜੰਮਦੇ ਮਰਨ ਵਾਲੇ ਕੀੜੇ ਆ ਤੂੰ ਸਦਾ ਰਹਿਣ ਵਾਲਾ ਹੈ ਤੂੰ ਸਦਾ ਇੱਥੇ ਰਹੇ ਤੂੰ ਸਦਾ ਰਹਿਣ ਵਾਲਾ ਅਸੀਂ ਜੰਮਣ ਮਰਨ ਵਾਲੇ ਜੀਵ ਤੇ ਤੇਰਾ ਨਾਮ ਜਪ ਜਪ ਕੇ ਅਸੀਂ ਸੁੱਖ ਲੈਂਦੇ ਪਏ ਹਾਂ ਜੀਂਦੇ ਹਾਂ ਤੇਰਾ ਨਾਮ ਜਪ ਕੇ ਜੀਂਦੇ ਹਾਂ ਤੇਰੇ ਨਾਮ ਜਪ ਕੇ ਸਾਡੇ ਸਵਾਸ ਚੱਲਦੇ ਆ ਤੇਰਾ ਨਾਮ ਜਪ ਕੇ ਜੀਂਦੇ ਹਾਂ ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਏ ਤੁਧ ਭਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ। ਉਸ ਗੁਰਮੁਖ ਨੂੰ ਬਾਬਾ ਜੀ ਨੇ ਉਪਦੇਸ਼ ਦਿੱਤਾ ਜਿਹੜਾ ਚਰਨਾਂ ਵਿੱਚ ਆਇਆ ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ 2:30 ਘੰਟੇ ਦਾ ਨਿਤਨੇਮ ਜ਼ਰੂਰੀ ਕਰਨਾ ਹੈ। ਸ਼ਾਮ ਨੂੰ ਸਾਡੀ ਤਰਪਾਲ ਸੰਧਿਆ ਹੈ, ਤ੍ਰਿਕਾਲ ਸੰਧਿਆ ਹੈ, 3 ਸੰਧਿਆ ਨੇ। ਇਹ 3 ਸੰਧਿਆ ਸਾਡੀਆਂ ਜ਼ਰੂਰੀ ਨੇ। ਹਿੰਦੂ ਧਰਮ ਦੀਆਂ 3 ਸੰਧਿਆ ਨੇ, ਸਵੇਰੇ, ਦੁਪਹਿਰੇ ਤੇ ਰਾਤੀ। ਸਿੱਖ ਧਰਮ ਦੀਆਂ 3 ਸੰਧਿਆ ਨੇ, ਸਵੇਰੇ, ਸ਼ਾਮੀ ਤੇ ਰਾਤੀ। ਸੌਣ ਲੱਗੇ ਆ ਸਵੇਰੇ ਤੇ ਸ਼ਾਮੀ ਰਹਿਰਾ, ਸਵੇਰੇ ਸੌਣ ਲੱਗਿਆ ਕੀਰਤਨ ਸੋਹਣੇ ਵਾਲੀ ਸੰਧਿਆ। ਇਹ 3 ਸੰਧਿਆ ਜਿਹੜੀ ਹੈ ਨਾ, ਇਹ ਜ਼ਰੂਰੀ ਕਰਨੀ ਹੈ ਹਰ ਇੱਕ ਨੇ, ਇਹਦੇ 'ਚ ਨਾਗਾ ਨਹੀਂ ਪਾਉਣਾ। ਇਹ 3 ਸਮੇਂ ਗੁਰੂ ਦੀ ਹਜ਼ੂਰੀ ਹਾਜ਼ਰੀ ਦੇਣੀ, ਅੰਮ੍ਰਿਤ ਵੇਲੇ ਦਾ, ਸ਼ਾਮ ਦਾ ਅਤੇ ਸੌਣ ਵੇਲੇ ਦਾ। ਹੁਣ ਸਤਿਗੁਰੂ ਇੱਥੇ ਸਮਤ ਦੇ ਰਹੇ ਨੇ ਕਿ ਠੀਕ ਹੈ, ਤੂੰ ਪਾਠ ਕਰਦਾ ਹੈ, ਬਾਣੀ ਦੀ ਵਿਚਾਰ ਕਰਦਾ ਹੈ, ਬੜੇ ਤੀਰਥ ਕਰਦਾ ਹੈ, ਬੜੇ ਭਰਮਣ ਕਰਦਾ, ਬੜੇ ਪੁੰਨ ਦਾਨ ਕਰਦਾ, ਬੜੇ ਪਰਉਪਕਾਰ ਕਰਦਾ, ਬੜੇ ਲੰਗਰ ਲਾਉਣਾ, ਬਿਲਡਿੰਗਾਂ ਬਣਾਉਣਾ, ਸਾਰਾ ਕੁਝ ਠੀਕ ਹੈ ਤੂੰ ਕਰਦਾ ਹੈ, ਪਰ ਇਹ ਸਾਰੀਆਂ ਯਾਦ ਰੱਖੀ ਜੀਰੋ ਨੇ, ਜੀਰੋ। ਇਹ ਜਿੰਨੇ ਕਰਮ ਨੇ ਨਾ, ਸਾਰੇ ਜੀਰੋ ਨੇ। ਇੱਕੋ ਹੀ ਕਰਮ ਜਿਹੜਾ ਕਰਮਾਂ ਦੇ ਉੱਪਰ ਕਰਮ ਹੈ, ਉਹ ਸਾਧੂ ਸੰਗਤ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ। ਹਰੀ ਦੀ ਕੀਰਤੀ ਉਸਤਤੀ ਸਾਧੂ ਦੀ ਸੰਗਤ ਸਾਰਿਆਂ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ। ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਕਹਿੰਦੇ ਜਿਹਨੂੰ ਪ੍ਰਾਪਤ ਹੋ ਗਿਆ ਉਹਨੂੰ ਪੂਰਬਲੇ ਕਰਮਾਂ ਦਾ ਲੈਣਾ ਮਿਲ ਗਿਆ, ਜੋ ਉਹਨੇ ਲੈਣਾ ਸੀ ਨਾ ਰੱਬ ਤੋਂ, ਜੋ ਲੈਣਾ ਸੀ, ਜਿਹਦੇ ਵਾਸਤੇ ਜਨਮ ਧਾਰਿਆ ਸੀ, ਉਹ ਚੀਜ਼ ਮਿਲ ਗਈ ਉਹਨੂੰ। ਪਿਛਲੇ ਕਰਮਾਂ ਦਾ ਜਿਹੜਾ ਲੈਣਾ ਸੀ ਨਾ, ਉਹ ਲੈਣਾ ਪ੍ਰਾਪਤ ਹੋ ਗਿਆ। ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਲੈਣਾ, ਕਹਿੰਦੇ ਵੀ ਤੂੰ ਲੈਣਾ ਤੇ ਅਸੀਂ ਤੇਰਾ ਦੇਣਾ। ਜਿਹਨੇ ਪਿਛਲੇ ਕਰਮਾਂ ਦਾ ਲੈਣਾ ਨਾ, ਉਹਨੂੰ ਸਾਧੂ ਮਿਲ ਗਏ ਤੇ ਹਰੀ ਦਾ ਕੀਰਤਨ ਮਿਲ ਗਿਆ। ਹੁਣ ਤੇਰੋ ਸੇਵਕ ਪੜਿਓ,
ਤੇਰੋ ਸੇਵਕ ਇਹ ਰੰਗ ਮਾਤਾ, ਤੇਰੇ ਸੇਵਕ ਤੇ ਰੰਗ ਚੜ ਗਿਆ, ਰੰਗ ਚੜ ਗਿਆ। ਮਹਾਂਪੁਰਸ਼ਾਂ ਨੇ ਪੰਨੇ ਪਾ ਲਿਆ, ਕਲੇਰਾਂ ਵਾਲਿਆਂ ਨੂੰ ਬਾਬਾ ਆਨੰਦ ਸਿੰਘ ਨੇ ਆਪਣੇ ਬਣਾ ਲਿਆ। ਕਈ ਵਾਰੀ ਪੁੱਛੋ, ਬਾਬਾ ਜੀ ਦੇ ਰਜਿਸਟਰਾਂ ਚ ਵੀ ਲਿਖਿਆ, ਬਾਬਾ ਆਨੰਦ ਸਿੰਘ ਜੀ ਮਹਾਰਾਜ ਲੈ ਕੇ ਜਾਂਦੇ ਸੀ, ਕਲੇਰਾਂ ਵਾਲਿਆਂ ਦੇ ਨਾਂ ਵੀ ਲਿਖੇ ਹੋਏ ਆ। ਕਹਿੰਦੇ ਸੀ ਬਾਬਾ ਜੀ ਇਹ ਤੁਹਾਡੀ ਸੰਗਤ ਹੈ, ਆਖੋ ਸ੍ਰੀ ਵਾਹਿ। ਕਈ ਵਾਰੀ ਸੰਗੀਆਂ ਨੂੰ ਭੇਜਣਾ, ਗਲ ਵਾਲੇ ਜੈਦਾਰ ਹੋਰ ਸਾਰੇ ਇੱਥੋਂ ਦੇ ਔਰ ਕੇਰ ਸਿੰਘ ਸਾਰੇ ਸਾਰਿਆਂ ਨੂੰ ਬਾਬਾ ਜੀ ਨੇ ਭੇਜਣਾ ਕਰਨਾ, ਜਿਹੜੇ ਮੇਨ ਮੇਨ ਸੰਗੀਆਂ ਨੂੰ ਉੱਥੇ ਬਾਬਾ ਮਹਾਨਾਮ ਸਿੰਘ ਕੋਲ ਭੇਜਣਾ ਕਿ ਬਾਬਾ ਜੀ ਇਹਨਾਂ ਦੀ ਗੰਢ ਪਾ ਲਓ ਚਰਨਾਂ 'ਚ, ਚਰਨਾਂ ਨਾਲ ਜੋੜ ਲਓ। ਬਾਬਾ ਜੀ ਨੇ ਕਲੇਰਾਂ ਵਾਲਿਆਂ ਨੂੰ ਅਪਣਾਇਆ ਹੈ, ਆਪਦਾ ਬਣਾਇਆ। ਬਾਬਾ ਜੀ ਪੁੱਛੋ ਵਾਲਿਆਂ ਦੇ ਚਰਨਾਂ 'ਚ ਜਾ ਕੇ ਹਾਜ਼ਰ ਕਰਦੇ ਸੀ ਸਾਰੀ ਸੰਗਤ। ਬਾਬਾ ਖੇਮ ਸਿੰਘ ਜੀ ਮਹਾਰਾਜ ਦੇ ਹੁਕਮਾਂ 'ਤੇ ਚੱਲਦੀ ਸੀ, ਉਹਨਾਂ ਦੇ ਹੁਕਮ ਮੰਨਦੀ ਸਾਰੀ ਸੰਗਤ, ਸੇਵਾ ਕਰਨੀ ਮਰਸੀਆਂ 'ਤੇ। ਇਹ ਪੂਰਵਲੇ ਕਰਮਾਂ ਦਾ ਸਹਿਯੋਗ ਨਾਲ ਮਹਾਂਪੁਰਖਾਂ ਦੀ ਸੰਗਤ ਮਿਲਦੀ। ਭਇਓ ਕਿਰਪਾਲ, ਭਇਓ ਕਿਰਪਾਲ, ਦੀਨ ਦੁੱਖ ਪੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਕਿਰਪਾਲ ਹੋਏ ਦੁੱਖ ਭੰਜਣ, ਦੁੱਖਾਂ ਨੂੰ ਕੱਟਣ ਵਾਲੇ ਦੀਨਾਂ ਦੇ ਦਿਆਲ, ਤੇ ਹਰੀ ਦੇ ਕੀਰਤਨ ਵਿੱਚ ਮਨ ਲੱਗ, ਇਹ ਰੰਗ ਤੁਹਾਡੀ ਕਿਰਪਾ ਦੇ ਨਾਲ ਚੜਿਆ ਏ। ਅੱਜ ਇਸ ਸ਼ਬਦ ਦੀ ਵਿਚਾਰ ਆਪਾਂ ਕੀਤੀ ਏ ਕਿ ਦੁਨੀਆਂ ਵਿੱਚ ਸਭ ਤੋਂ ਸ਼੍ਰੋਮਣੀ ਕਰਮ ਕਿਹੜਾ ਏ, ਮਨੁੱਖ ਆਇਆ ਕੀ ਕਰਨ, ਕਿਹੜੇ ਚੀਜ਼ ਦਾ ਇਹਨੂੰ ਫਲ ਪ੍ਰਾਪਤ ਹੁੰਦਾ, ਕਿੱਥੋਂ ਦਾ ਨਹੀਂ ਹੁੰਦਾ। ਸਾਰਾ ਸੰਸਾਰ ਲੱਗਿਆ ਹੋਇਆ ਪੂਜਾ ਕਰਨ ਨੂੰ, ਦੇਵਤੇ ਮਨਾਉਣ ਨੂੰ, ਪਰਉਪਕਾਰ ਕਰਨ ਨੂੰ, ਭਲੇ ਕਰਮ ਕਰਨ ਨੂੰ, ਪਰ ਵਿਰਲੇ ਮਹਾਂਪੁਰਖਾਂ ਦੇ ਸੇਵਕ ਜਿਹੜੇ ਦਾਤਾਂ ਪ੍ਰਾਪਤ ਕਰਕੇ ਜਾਂਦੇ ਆ ਅਤੇ ਝੋਲੀਆਂ ਭਰਦੇ ਆ, ਗੁਰੂ ਨਾਨਕ ਸੰਗਤ ਗੁਰੂ ਨਾਨਕ ਵਾਲੀ ਕੋਈ ਜਾਵੇ ਨਾ ਖਾਲੀ, ਝੋਲੀਆਂ ਭਰਿਓ ਜੀ ਜਰੂਰ। ਸੰਗਤ ਗੁਰੂ ਨਾਨਕ ਵਾਲੀ ਕੋਈ ਜਾਵੇ ਨਾ ਖਾਲੀ, ਚੋਰੀਆਂ ਪਰਿਓ ਸੰਗਤ ਗੁਰੂ ਨਾਨਕ ਵਾਲੀ ਕੋਈ ਜਾਵੇ ਖਾਲੀ, ਚੋਰੀਆਂ ਪਰਿਓ ਸੰਗਤ ਗੁਰੂ ਨਾਨਕ ਵਾਲੀ ਕੋਈ ਜਾਏ ਨਾ ਖਾਲੀ, ਕੋਰੀਆ ਭਰਿਆ ਜੀ ਜੋ ਸੰਗਤ ਗੁਰੂ ਨਾਨਕ ਵਾਲੀ ਕੋਈ ਜਾਏ ਨਾ ਖਾਲੀ, ਕੋਰੀਆ ਭਰਿਆ ਜੀ ਜੋ ਹਰੀ ਮੌਕਾ ਬਾਜਵਾ ਸੰਗਤ ਗੁਰੂ ਨਾਨਕ ਵਾਲੀ ਕੋਈ ਜਾਏ ਨਾ ਖਾਲੀ, ਗੋਲੀਆਂ ਫਰਿਆ ਸੰਗਤ
ਸੰਤ ਜਨਾ ਮਿਲ ਹਰ ਉਸ ਰਾਤ ਦੇ ਦਾਈ ਦਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਨਮ ਪਦਾਰਥ ਪਾਏ ਨਾਮ ਤੇ ਆਇਆ ਗੁਰਪ੍ਰਸਾਦੀ ਬੁੱਧ ਸੱਚ ਸੁਣਾਇਆ ਜਿਨ ਤੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ ਦਰਸ ਚਸ ਚਾਰ ਮਿਹਰ ਬੁਲਾਇਆ ਅੰਤਰ ਨਾਮ ਨਿਧਾਨ ਗੁਰਮੁਖ ਪਾਈਆ ਅਨਮੁਰ ਨਾਮ ਧਿਆਏ ਹਰ ਗੁਣ ਗਾਈਆ ਅੰਤਰ ਵਸਤ ਅਨੇਕ ਮਨਮੁਖ ਨਹੀਂ ਪਾਈਆ ਹੋਮੈ ਗਰਵ ਗਰਵ ਆਪ ਖਵਾਈਆ ਨਾਨਕ ਆਪੇ ਆਪ ਆਪ ਖਵਾਈਆ ਗੁਰਮਤ ਮਨ ਪ੍ਰਵਾਸ ਸੱਚਾ ਪਾਈਆ ਸਾਰੀ ਸੰਗਤ ਨੇ ਸੁਖਮਣੀ ਦੇ ਪਾਠ ਜਪਜੀ ਸਾਹਿਬ ਦੇ ਪਾਠ ਮੂਲ ਮੰਤਰ ਦੀਆਂ ਮਾਲਾ ਵਾਹਿਗੁਰੂ ਸ਼ਬਦ ਦੀਆਂ ਮਾਲਾ ਪੂਰਾ ਜ਼ੋਰ ਲਾ ਕੇ ਜਿਵੇਂ ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਪੁੱਛੇ ਚ ਛੱਟਾ ਦਿੱਤਾ ਜਿੰਨੀਆਂ ਬੀਬੀਆਂ ਉੱਥੇ ਲੰਗਰ 'ਚ ਸੇਵਾ ਕਰਦੀਆਂ ਨਾ ਇਕੱਲੀ ਇਕੱਲੀ ਨੂੰ ਪੁੱਛ ਲਿਓ ਜਾ ਕੇ ਵੀ ਕੀ ਤੇਰਾ ਨਿਤਨੇਮ ਹੈ ਕੋਈ ਪੰਜਾਬ